ਜੋਰੀ ਗਾਰਡਨ ਸਿੰਘ ਸਭਾ ਗੁਰਦੁਆਰਾ 'ਚ ਜਿੱਥੇ ਸਰਦਾਰ ਹਰਮਨਜੀਤ ਸਿੰਘ ਜੀ ਚੇਅਰਮੈਨ ਨੇ ਔਰ ਸਾਰੀ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ, ਇਹ ਮੈਂ ਸਮਝਦਾ ਕਿ ਰਜੌਰੀ ਗਾਰਡਨ ਦਾ ਗੁਰਦੁਆਰਾ ਇੱਕ ਰੋਲ ਮਾਡਲ ਹੈ ਸਾਡੇ ਸਾਰੇ ਸਿੱਖ ਜਗਤ ਲਈ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਜਿੱਥੇ ਬਹੁਤ ਹੀ ਇੱਕ ਬਹੁਤ ਆਲੀਸ਼ਾਨ ਅਦੁੱਤੀ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ, ਕੀਰਤਨ ਕਥਾ ਉਹ ਵੀ ਸਮੇਂ ਸਮੇਂ ਸਿਰ, ਧਰਮ ਪ੍ਰਚਾਰ ਜਿੱਥੇ ਹੁੰਦਾ ਉੱਥੇ ਹੀ ਨਾਲ ਬਹੁਤ ਵੱਡਾ ਕਮਿਊਨਿਟੀ ਹਾਲ ਹੈ, ਔਰ ਸਭ ਤੋਂ ਵੱਡਾ ਇਹਦਾ ਜਿਹੜਾ ਵਿਲੱਖਣ ਚੀਜ਼ ਹੈ ਇਹਦਾ ਜਿਹੜਾ ਇੱਕ ਮਿੰਨੀ ਹੋਸਪਿਟਲ, ਉੱਥੇ ਫਿਜ਼ੀਓਥੈਰੇਪੀ ਹੈ, ਡਾਇਲਸਿਸ ਮਸ਼ੀਨਾਂ ਨੇ, ਆਈ ਲੇਜ਼ਰ ਦਾ ਜਿਹੜਾ ਕੈਟਰਿਕ ਦੇ ਓਪਰੇਸ਼ਨ ਹੈ ਉਹ ਇੱਥੇ ਕੀਤੇ ਜਾਂਦੇ ਹੈ, ਔਰ ਕੈਮੋਥੈਰੇਪੀ ਹੁੰਦੀ ਹੈ, ਔਰ ਅੱਜ ਜੋ ਹਰਮਨਜੀਤ ਸਿੰਘ ਜੀ ਨੇ ਦਾਸ ਦੀ ਸੇਵਾ ਲਗਾਈ, ਅਸੀਂ ਆਪਣੀ ਐਨ ਜੀ ਓ ਸਨ ਫਾਊਂਡੇਸ਼ਨ ਵੱਲੋਂ ਸੇਵਾ ਮੈਮੋਗ੍ਰਾਫੀ ਦੀ ਮਸ਼ੀਨ, ਕਿਉਂਕਿ ਇਹ ਕੈਂਸਰ ਦਾ ਜਿਹੜਾ ਹੈ ਇਹ ਪਤਾ ਨਹੀਂ ਚੱਲਦਾ, ਔਰ ਸਾਡੇ ਜੋ ਭੈਣਾਂ ਨੇ ਮਾਤਾਵਾਂ ਨੇ ਉਹ ਥੋੜ੍ਹਾ ਐਮਬੈਰਸ ਵੀ ਫੀਲ ਕਰਦੀਆਂ ਕਿ ਬਾਹਰ ਜਾ ਕੇ ਚੈੱਕਅਪ ਕਰਾਉਣਾ, ਲੇਕਿਨ ਇਹ ਮੈਂ ਸਮਝਦਾ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਹੂਲੀਅਤ ਲਾਈ ਗਈ ਹੈ ਤਾਂ ਸਾਡੇ ਮਾਤਾਵਾਂ ਭੈਣਾਂ ਨੂੰ ਉਹ ਸੰਕੋਚ ਨਹੀਂ ਹੋਏਗਾ, ਜਦੋਂ ਕਿ ਉਹਨਾਂ ਨੂੰ ਡਾਊਟ ਹੁੰਦਾ ਉਹ ਇਮੀਡੀਏਟਲੀ ਆ ਕੇ ਇੱਥੇ ਆਪਣਾ ਟੈਸਟ ਕਰਾ ਸਕਦੇ ਆ, 15-20 ਮਿੰਟ ਦਾ ਟੈਸਟ ਹੈ, ਔਰ ਸਭ ਤੋਂ ਮਾਡਰਨ ਮਸ਼ੀਨਰੀ ਇੱਥੇ ਲਗਾਈ ਗਈ ਹੈ, ਅਤੇ ਮੈਂ ਸਮਝਦਾ ਕਿ ਜੋ ਵੀ ਇੱਥੇ ਸਹੂਲਤਾਂ ਨੇ ਉਹ ਸਾਰੇ ਲੋੜਵੰਦ ਜੋ ਨਿਵਾਸੀ ਨੇ ਵੈਸਟ ਦਿੱਲੀ ਦੇ ਸਾਰੇ ਉਹਨਾਂ ਨੂੰ ਇਹਦਾ ਜਿਹੜਾ ਲਾਭ ਹੋਏਗਾ, ਔਰ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਦਾ ਜੋ ਸ਼ਬਦ ਹੈ, ਜੋ ਇਹ ਗੁਰਦੁਆਰਾ ਹੈ, ਦਿਸ ਇਜ਼ ਵਿਲ ਬਿਕਮ ਏ ਐਪਿਕ ਸੈਂਟਰ ਆਫ ਰਿਲੀਜੀਅਸ ਐਕਟੀਵਿਟੀਜ਼ ਟੁਗੈਦਰ ਵਿਦ ਸੋਸ਼ਲ ਸਰਵਿਸ ਐਂਡ ਹੈਲਥ ਕੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਅਸੀਂ ਇੱਥੇ ਬਿਲਕੁਲ ਲੇਟੈਸਟ ਮਸ਼ੀਨ ਮੈਮੋਗ੍ਰਾਫੀ ਦੀ ਲਗਾਈ ਹੈ, ਜਿਹੜੀ ਕਿ ਵਿਕਰਮਜੀਤ ਸਿੰਘ ਸਾਨੀ ਨੇ ਸਾਨੂੰ ਆਪਣਾ ਇਹਦੇ 'ਚ ਆਪਣਾ ਸਾਨੂੰ ਇੱਥੇ ਡੋਨੇਟ ਕੀਤੀ ਹੈਗੀ ਹੈ, ਔਰ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਇਹ ਜਿਹੜੀ ਮਸ਼ੀਨ ਹੈ ਨਾ ਇਹ ਬਿਲਕੁਲ ਲੇਟੈਸਟ ਹੈਗੀ ਹੈ। ਇਹਦੇ ਵਿੱਚ ਨਾ ਆਮ ਨਾ ਜਦੋਂ ਲੇਡੀਜ਼ ਕਰਾਉਣ ਜਾਂਦੀਆਂ ਸੀ ਨਾ ਮੈਮੋਗ੍ਰਾਫੀ, ਉਹਦੇ ਵਿੱਚ ਨਾ ਕੱਪੜੇ ਵੀ ਉਤਾਰ ਦਿੱਤੇ ਜਾਂਦੇ ਸੀਗੇ, ਦਬਾਉਣ ਦਬੂਣ ਵਾਲਾ ਵੀ ਕੰਮ ਹੁੰਦਾ ਹੈਗਾ ਸੀ ਉਹਨਾਂ ਦੇ ਬ੍ਰੈਸਟ ਨੂੰ। ਇਹ ਮਸ਼ੀਨ ਹੈਗੀ ਐਸੀ ਹੈਗੀ ਹੈ ਕਿ ਜਿਹੜੀ ਨਾ ਬਿਲਕੁਲ ਵੀ ਨਾ ਉਹਦੇ ਵਿੱਚ ਨਹੀਂ ਹੋਏਗਾ, ਸਿਰਫ ਟੱਚ ਕੋਈ ਟੱਚ ਨਹੀਂ ਕਰੇਗਾ ਕਿਸੇ ਚੀਜ਼ ਦੇ ਪਾਰਟ ਨੂੰ, ਕੋਈ ਨਹੀਂ ਟੱਚ ਕਰੇਗਾ, ਔਰ ਇਹਦਾ ਰਿਜ਼ਲਟ ਵੀ ਜਿਹੜਾ ਹੈਗਾ ਨਾ ਉਹ 15-20 ਮਿੰਟ 'ਚ ਆ ਜਾਏਗਾ ਕਿ ਆਉਣ ਵਾਲੇ। ਅੱਛਾ, ਆਮ ਜਿਹੜੀ ਪਹਿਲੀ ਮਸ਼ੀਨਾਂ ਹੈਗੀਆਂ ਨੇ ਉਹ ਨਾ 35-40 ਸਾਲ ਦੀ ਏਜ ਤੋਂ ਬਾਅਦ ਦੇ ਲੇਡੀਜ਼ ਨਾਲ ਕਰ ਸਕਦੀਆਂ ਨੇ, ਇਹ ਅਸੀਂ 20-22 ਸਾਲ 23 ਸਾਲ ਦੀ ਏਜ ਔਰ 35-16 ਸਾਲ ਦੀ ਏਜ ਤੋਂ ਔਰ 35-35 ਸਾਲ ਤੱਕ ਦਾ ਰਿਜ਼ਲਟ ਦੇ ਦੇਣਗੇ ਕਿ ਇਹਨਾਂ ਨੂੰ ਇਹ ਪ੍ਰੋਬਲਮ ਆਏਗੀ ਜਾਂ ਨਹੀਂ ਆਏਗੀ, ਇਹਦਾ ਬ੍ਰੈਸਟ ਕੈਂਸਰ ਹੋਣ ਦੀ ਇਹਨਾਂ ਨੂੰ ਪ੍ਰੋਬਲਮ ਆਏ, ਉਹ ਜਿਹੜੀ ਅੱਜ ਤਾਂ ਪ੍ਰੋਬਲਮ ਦੂਰ ਹੋ ਸਕਦੀ ਹੈਗੀ ਹੈ, ਜਦੋਂ ਹੋ ਜਾਂਦਾ ਹੈਗਾ ਨਾ ਕੈਂਸਰ ਉਦੋਂ ਫਿਰ ਬੜੀ ਮੁਸ਼ਕਲ ਪੈਂਦੀ ਹੈਗੀ ਇਹਦੀ। ਔਰ ਮੇਰੇ ਖਿਆਲ 'ਚ ਮਤਲਬ ਗੁਰੂ ਮਹਾਰਾਜ ਨੇ ਅਸੀਂ ਮੇਅਰ ਕੀਤੀ ਉਹ ਪਹਿਲੀ ਮਸ਼ੀਨ ਇੱਥੇ ਲੱਗੀ ਹੈਗੀ ਹੈ ਵਿਕਰਮਜੀਤ ਸਿੰਘ ਜੀ ਨਾਲ, ਉਹ ਸੱਚੇ ਪਾਤਸ਼ਾਹ ਕਰੇਗਾ ਕਿ ਅੱਛੀ ਤਰੀਕੇ ਦੇ ਨਾਲ ਜਾਏਗੀ, ਔਰ ਗੁਰੂ ਮਹਾਰਾਜ ਅਸੀਂ ਦੇਖੋ ਜਿਹੜੇ ਵਿਧਾਨਤਾ ਵਗੈਰਾ ਇੱਧਰ ਜਿਹੜੀਆਂ ਲੱਗੀਆਂ ਨੇ ਉਹ ਤਾਂ ਲੈਂਦੇ ਨੇ 5-7 ਹਜ਼ਾਰ ਰੁਪਇਆ ਲੈਂਦੇ ਹੈਗੇ ਨੇ, ਅਸੀਂ ਤਾਂ ਹਾਲੀ 13 ਅਪ੍ਰੈਲ ਤੱਕ ਫ੍ਰੀ ਰੱਖਿਆ ਹੋਇਆ ਵੇ, 13 ਅਪ੍ਰੈਲ ਤੋਂ ਬਾਅਦ ਅਸੀਂ ਦੇਖਾਂਗੇ ਕਾਲ ਸਾਡੀ 600 ਜਾਂ 700 ਕਰਦੀ ਹੈਗੀ, ਅਸੀਂ 600-700 ਦੇ ਵਿੱਚ ਹੀ ਕਰਾਂਗੇ, ਫਿਰ ਉਹ ਵੀ ਨਹੀਂ ਜਿਹੜਾ ਦੇ ਸਕਦਾ ਹੋਏਗਾ ਫਿਰ ਅਸੀਂ ਉਹਦੇ ਗੁਰਦੁਆਰੇ ਦਾ ਕੋਈ ਅਸੀਂ ਫੰਡ ਹੈਗਾ ਵੇ ਨਾਲ ਸਾਡੇ ਕੋਲ ਹੈ ਨੇ, ਅਸੀਂ ਇਹਨਾਂ ਵਰਗੇ ਬੰਦੇ ਹੈਗੇ ਨੇ ਜਿਹੜੇ ਨਹੀਂ ਕਰ ਸਕਦੇ, ਜਿਵੇਂ ਹੁਣ ਡਾਇਲਸਿਸ ਦੇ ਕੋਈ ਨਹੀਂ ਅਫੋਰਡ ਕਰ ਸਕਦਾ ਹੈਗਾ, ਅਸੀਂ ਇਹਨਾਂ ਨੂੰ ਬਿੱਲ ਭੇਜ ਦਿੰਦੇ ਹੈਗੇ, ਆ ਜਾਂਦਾ ਹੈਗਾ ਵੀ ਕੋਈ ਕੀਮੋਥੈਰੇਪੀ ਨਹੀਂ ਕਰਾ ਸਕਦਾ ਹੈਗਾ, ਕੋਈ ਆਪਣਾ ਅੱਖਾਂ ਦਾ ਓਪਰੇਸ਼ਨ ਨਹੀਂ ਕਰਾ ਸਕਦਾ, ਸਾਡੇ ਕੋਲ 5-7 ਬੰਦੇ ਹੈਗੇ ਨੇ ਇੱਥੇ ਜਿਹੜਿਆਂ ਦਾ ਕਹਿੰਦਾ ਇਹ ਗੁਰੂ ਨਾਨਕ ਦਾ ਘਰ ਹੈ ਤਾਂ ਵਾਪਸ ਕੋਈ ਨਹੀਂ ਜਾਂਦਾ ਹੈਗਾ, ਨਾ ਹੀ ਜਾਣ। ਪਹਿਲੀ ਗੱਲ ਹੈ ਨੌਰਥ ਇੰਡੀਆ 'ਚ ਫਸਟ ਹੈਗੀ ਹੈ, ਦੂਜੀ ਗੱਲ ਹੈ ਕਿ ਜਿਹੜੇ ਹੋਸਪਿਟਲ ਜਿਹੜੇ ਦੂਜੇ ਹੋਸਪਿਟਲ ਹੈਗੇ ਨੇ ਨਾ ਉਹਨਾਂ ਵਿੱਚ 5,000 ਤੋਂ ਲੈ ਕੇ 7,000 ਤੱਕ ਹੁੰਦਾ ਹੈਗਾ ਵੇ, ਇੱਥੇ ਅਸੀਂ 6,000 ਜਾਂ 700 ਰੁਪਏ ਕਰ ਦਾਂਗੇ, ਔਰ ਡਾਕਟਰ ਵੀ ਅੱਛੇ ਹੈਗੇ ਨੇ ਸਾਰੇ ਸਾਡੇ ਹੈਗੇ, ਮਸ਼ੀਨ ਵੀ ਇਸ ਤੋਂ ਵਧੀਆ ਕੋਈ ਨਹੀਂ ਗੀ, ਔਰ ਨਾਰਥਨ ਇੰਡੀਆ ਦੇ ਅਜੇ ਪਹਿਲੀ ਅੱਜ ਸਾਡੀ ਇੱਥੇ ਸਟਾਰਟ ਹੋਈ ਹੈਗੀ ਹੈ, ਔਰ ਬਹੁਤ ਅੱਛੀ ਤਰੀਕੇ ਦੇ ਨਾਲ ਨਾ ਸਾਨੂੰ ਦੇਖ ਕੇ ਸਾਰਾ ਬੜਾ ਅੱਛਾ ਜਾਏਗਾ। ਇਸ ਮੈਂ ਸਬਸੇ ਪਹਿਲੇ ਪੇਸ਼ੈਂਟ ਐਂਟਰੀ ਕਰੇਂਗੇ ਜਬ ਰੂਮ ਮੇ ਤੋ ਨੋ ਟੱਚ ਨੋ ਪੇਨ ਹੈ, ਔਰ ਉਨਕੋ ਬਿਠਾਇਆ ਜਾਏਗਾ, ਉਸਕੇ ਬਾਅਦ ਉਨਕੋ ਕੂਲ ਕੀਆ ਜਾਤਾ ਹੈ, ਫਿਰ 15 ਮਿਨਟਸ ਕਾ ਸਾਰਾ ਪ੍ਰੋਸੀਜਰ ਹੈ ਜਿਸਮੇ 10 ਮਿਨਟਸ ਕੂਲਿੰਗ ਕੇ ਔਰ 10 ਮਿਨਟਸ ਮੇ ਹਮ ਉਨਕੀ ਇਮੇਜਸ ਕੈਪਚਰ ਕਰੇਂਗੇ। 15 ਮਿਨਟ ਮੇ ਸਭ ਚੀਜ਼ੇ ਨਿਕਲ ਕਰ, ਹਾਂਜੀ 15 ਮਿਨਟ ਮੇ ਪਤਾ ਲੱਗ ਜਾਏਗਾ ਕਿ ਬ੍ਰੈਸਟ ਕੈਂਸਰ ਕਾ ਹੈ ਕਿ ਨਹੀਂ ਹੈ।